ਉਹਨਾਂ ਦਾ ਹੱਕ ਆ ਲਿਖਣ ਦਾ, ਮੇਰਾ ਹੱਕ ਨਹੀਂ, ਮੈਂ ਨਹੀਂ ਬੋਲ ਸਕਦੀ। 15 ਸਾਲਾਂ ਤੋਂ ਮੈਂ ਕੰਮ ਕਰ ਰਹੀ ਹਾਂ, ਕਦੇ ਮੈਂ ਕੰਟਰੋਵਰਸੀ ਕੋਈ ਕੀਤੀ ਆ? ਤੂੰ ਤਾਂ ਪੈਸੇ ਪਿੱਛੇ ਜ਼ਮੀਰ ਵੇਚਤਾ, ਤੂੰ ਦੀਪ ਸਿੱਧੂ ਦੀ ਭੈਣ ਨਹੀਂ ਹੋ ਸਕਦੀ, ਮੇਰੀ ਫਿਲਮ ਦੀ ਪੋਸਟ ਆ। ਮੈਨੂੰ ਪਤਾ ਸੀ ਕਿ ਉਹਨਾਂ ਦੇ ਦੋ ਵਿਆਹ ਨੇ, ਗੁਰਮੇਲ ਕੌਰ ਉਹਨਾਂ ਦੀ ਫਸਟ ਵਾਈਫ ਹੈ, ਇਹ ਮੈਨੂੰ ਪਤਾ ਸੀ। ਮੈਨੂੰ ਗੁੱਸਾ ਹੀ ਇੰਨਾ ਆਇਆ ਕਿ ਮੇਰੇ ਆਪਦੇ ਨੇ, ਜਦੋਂ ਜੀ ਕਰਦਾ ਉਸ ਵੇਲੇ ਉਹ ਹੱਥ ਜੋੜ ਕੇ ਭੈਣ ਜੀ ਕਹਿਣ ਲੱਗ ਜਾਂਦੇ ਨੇ, ਜਦੋਂ ਉਹਨਾਂ ਦਾ ਜੀ ਕਰਦਾ ਉਦੋਂ ਉਹ ਗਾਲਾਂ ਦੇਣ ਲੱਗ ਜਾਂਦੇ ਨੇ। ਪਰ ਤੁਸੀਂ ਕਮੈਂਟਾਂ ਤੋਂ ਇੰਨਾ ਡਰ ਗਏ ਕਿ ਤੁਹਾਨੂੰ ਲਾਈਵ ਹੋਣਾ ਪਿਆ ਕਿ ਰੋਣ ਤੱਕ ਕੀ ਗੱਲ, ਹਿੰਮਤ ਟੁੱਟ ਗਈ ਸੀ? ਮੈਂ ਦੀਪ ਦਾ ਨਾਮ ਨਾ ਲੈਣਾ ਨਹੀਂ ਚਾਹੁੰਦੀ ਹੁੰਦੀ ਆਪ, ਖਾਸ ਕਰਕੇ ਆਏ, ਕਿਉਂਕਿ ਇਸ ਗੱਲ ਨੂੰ ਬਣਾ ਦਿੱਤਾ ਜਾਂਦਾ। ਤੁਹਾਨੂੰ ਕੀ ਪਤਾ ਉਹ ਫਿਲਮ ਲੈਣ ਲਈ ਮੇਰੀ ਕਿੰਨੀ ਮਿਹਨਤ ਆ, ਮੇਰੇ ਕਿੰਨੇ ਆਡੀਸ਼ਨ ਹੋਇਆ, ਮੇਰਾ ਪਤਾ ਨਹੀਂ ਕਿੱਦਾਂ ਦਾ ਸੁਪਨਾ ਮੇਰਾ ਹੋਊਗਾ ਜਿਹੜਾ ਪੂਰਾ ਹੋਇਆ। ਤੁਸੀਂ ਇਸ ਸ਼ਬਦਾਵਲੀ 'ਤੇ ਉਤਰੇ ਆਏ, ਹੋਰ ਹਰਟ ਮੈਂ ਕਿਸ ਗੱਲ ਤੋਂ ਹੋਈ? ਇਸੇ ਗੱਲ ਤੋਂ ਹੋਈ, ਘਰੇ ਨਹੀਂ ਨਾ ਮੈਂ ਬਹਿ ਸਕਦੀ, ਮੈਂ ਆਪਦਾ ਕੰਮ ਕਰਨਾ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਚਮਕੀਲਾ ਫਿਲਮ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ। ਤੁਹਾਨੂੰ ਦੱਸ ਦਈਏ ਕਿ 12 ਅਪ੍ਰੈਲ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਨੈੱਟਫਲਿਕਸ 'ਤੇ ਇਹ ਫਿਲਮ ਰਿਲੀਜ਼ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਜਿਹੜੀ ਫਿਲਮ ਦੀ ਸਟਾਰ ਕਾਸਟ ਹੈ, ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਨੇ ਰਿਲੀਜ਼ਿੰਗ ਦੇ, ਉਵੇਂ ਉਵੇਂ ਫਿਲਮ ਦੀ ਸਟਾਰ ਕਾਸਟ ਹੈ ਕਿਸੇ ਨਾ ਕਿਸੇ ਚਰਚਾਵਾਂ ਦੇ ਵਿੱਚ ਰਹਿੰਦੀ ਹੈ। ਸੋ ਕੁਲ ਸਿੱਧੂ ਦੀ ਗੱਲ ਕਰਨ ਜਾ ਰਹੇ ਹਾਂ, ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ, ਕਾਫੀ ਉਭਾਰ ਉਹਨਾਂ ਦਾ ਜੋ ਦਿਲ ਦਾ ਸੀ ਉਹ ਕੱਢ ਰਹੇ ਨੇ। ਆਖਿਰ ਕੀ ਮੁੱਦਾ ਰਿਹਾ ਕਿ ਉਹਨਾਂ ਨੂੰ ਲਾਈਵ ਹੋਣਾ ਪਿਆ ਫਿਲਮ ਨੂੰ ਲੈ ਕੇ? ਸੋ ਸਾਡੇ ਨਾਲ ਕੁਲ ਸਿੱਧੂ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ ਜੀ? ਠੀਕ ਠਾਕ। ਅੱਛਾ ਮੈਮ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਚਮਕੀਲਾ ਫਿਲਮ ਦੀਆਂ। ਇੱਕ ਵੱਡਾ ਨਾਮ ਜਿਹੜਾ ਕਹਿੰਦੇ ਨੇ ਕਿ ਇੰਡਸਟਰੀ ਦਾ, ਬਾਲੀਵੁੱਡ ਦਾ, ਉਹਦੇ ਨਾਲ ਤੁਸੀਂ ਫਿਲਮ ਕਰਨ ਜਾ ਰਹੇ ਹੋ ਇਮਤਿਆਜ਼ ਅਲੀ ਦੇ ਨਾਲ, ਕੀ ਕਹਿਣਾ ਚਾਹੋ? ਬਿਲਕੁਲ, ਇੱਕ ਐਕਟਰ ਦਾ ਸੁਪਨਾ ਹੁੰਦਾ ਅਤੇ ਮੇਰਾ ਵੀ ਉਹ ਸੁਪਨਾ ਪੂਰਾ ਹੋਇਆ ਕਿ ਇਮਤਿਆਜ਼ ਅਲੀ ਇੱਕ ਬਹੁਤ ਵੱਡਾ ਨਾਂ ਹੈ, ਅਸੀਂ ਫੈਨ ਹਾਂ ਉਹਨਾਂ ਦੇ, ਅਤੇ ਉਹਨਾਂ ਨਾਲ ਕੰਮ ਕਰਨਾ ਤਾਂ ਮੇਰੇ ਲਈ ਅਚੀਵਮੈਂਟ ਆ ਇੱਕ। ਅੱਛਾ, ਇਸ ਫਿਲਮ ਦੇ ਨਾਲ ਜੁੜਨਾ ਕਿਵੇਂ ਹੋਇਆ, ਇਮਤਿਆਜ਼ ਅਲੀ ਦੇ ਨਾਲ ਕਿਵੇਂ ਜੁੜਨਾ ਹੋਇਆ? ਤੁਸੀਂ ਉਹਨਾਂ ਨੇ ਤੁਹਾਨੂੰ ਕੀਤਾ, ਪ੍ਰਪੋਜ਼ ਕੀਤਾ ਇੱਕ ਫਿਲਮ ਦੇ ਲਈ, ਆ ਫਿਰ ਤੁਸੀਂ ਉਹਨਾਂ ਨੂੰ ਕਿਹਾ ਕਿ ਆਪਣਾ ਕੋਈ ਪ੍ਰੋਫਾਈਲ ਭੇਜੀ ਹੋਣੀ ਕਿ ਸਾਨੂੰ ਫਿਲਮ ਦੇ ਵਿੱਚ? ਮੈਂ ਨਾ ਮੁੰਬਈ ਰਹਿ ਕੇ ਆਈ ਹਾਂ ਕੁਛ ਸਾਲ, ਉਸ ਵੇਲੇ ਮੈਂ ਆਡੀਸ਼ਨਸ ਦਿੱਤੇ ਸੀ ਵਧੀਆ ਪ੍ਰੋਡਕਸ਼ਨ ਹਾਊਸਿਸ ਦੇ ਵਿੱਚ, ਅਤੇ ਪਰ ਮੈਨੂੰ ਕਾਲ ਆਈ ਕਾਸਟਿੰਗ ਛਾਬੜਾ ਦੀ ਟੀਮ ਵੱਲੋਂ, ਅਤੇ ਉਹਨਾਂ ਨੇ ਕਿਹਾ ਕਿ ਇੱਦਾਂ ਇੱਦਾਂ ਕਰਕੇ ਇੱਕ ਫਿਲਮ ਬਣ ਰਹੀ ਆ ਅਤੇ ਅਸੀਂ ਤੁਹਾਨੂੰ ਸੋਚ ਰਹੇ ਹਾਂ ਇੱਕ ਕਰੈਕਟਰ ਲਈ, ਅਤੇ ਆਡੀਸ਼ਨ ਹੋਏ ਅਤੇ ਬਸ ਬਹੁਤ ਲੰਬਾ ਸਿਲਸਿਲਾ ਸੀ, ਬਹੁਤ ਆਡੀਸ਼ਨਸ ਹੋਏ ਆ ਮੇਰੇ ਕਿ ਹੁਣ ਇੱਕ ਭੇਜਤਾ, ਕਿਤੇ 1.5 ਮਹੀਨੇ ਬਾਅਦ ਫਿਰ ਆਉਂਦਾ, ਉਹ 1.5 ਮਹੀਨਾ ਮੈਂ ਤਾਂ ਭੁੱਲੀ ਬੈਠੀ ਹੁੰਦੀ ਹਾਂ ਕਿ ਮੈਂ ਕੋਈ ਆਡੀਸ਼ਨ ਦਿੱਤਾ, ਪਰ ਉਹ ਜਿਹੜੀ ਚੀਜ਼ ਪਰਮਾਤਮਾ ਨੇ ਤੁਹਾਡੀ ਝੋਲੀ ਪਾਉਣੀ ਹੁੰਦੀ ਆ ਉਹ ਤੁਹਾਡੇ ਕੋਲ ਹੀ ਆਊਗੀ ਬਸ ਜੀ। ਅੱਛਾ, ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਚਮਕੀਲਾ ਸੀ, ਚਮਕੀਲਾ ਕਹਿੰਦੇ ਨੇ ਬਹੁਤ ਸਾਰੇ ਗੀਤ ਯਾਨੀ ਡਬਲ ਮੀਨਿੰਗ ਵਾਲੇ ਗਾਉਂਦਾ ਸੀ, ਤੁਸੀਂ ਜਿਸ ਤਰ੍ਹਾਂ ਲਾਈਵ ਹੋਏ, ਤੁਸੀਂ ਸਾਨੂੰ ਤਦ ਪਤਾ ਲੱਗਿਆ ਕਿ ਜਿਸ ਟਾਈਮ ਤੁਸੀਂ ਲਾਈਵ ਹੋਏ ਸੀ ਕਿ ਉਹਨਾਂ ਦੀ ਯਾਨੀ ਜਿਹੜੀ ਵਾਈਫ ਪਹਿਲੀ ਵੀ ਸੀ, ਯਾਨੀ ਸਾਨੂੰ ਤਾਂ ਤਦ ਪਤਾ ਲੱਗਿਆ, ਤੁਹਾਨੂੰ ਕਦ ਪਤਾ ਲੱਗਿਆ ਕਿ ਉਹਨਾਂ ਦੀ ਜਿਹੜੀ ਗੁਰਮੇਲ ਕੌਰ ਵਾਈਫ ਸੀ ਪਹਿਲੀ ਸੀ, ਤੁਹਾਨੂੰ ਪਹਿਲਾਂ ਪਤਾ ਸੀ ਜਾਂ ਇਹ ਫਿਲਮ ਜਿਸ ਟਾਈਮ ਤੁਹਾਡੇ ਕੋਲ ਆਈ ਉਸ ਸਮੇਂ ਪਤਾ ਲੱਗਿਆ ਕਿ ਉਹਨਾਂ ਦੀ ਪਹਿਲੀ ਵਾਈਫ ਵੀ ਸੀ? ਨਹੀਂ, ਮੈਨੂੰ ਪਤਾ ਸੀ ਕਿ ਉਹਨਾਂ ਦੇ ਦੋ ਵਿਆਹ ਨੇ, ਗੁਰਮੇਲ ਕੌਰ ਉਹਨਾਂ ਦੀ ਫਸਟ ਵਾਈਫ ਹੈ, ਇਹ ਮੈਨੂੰ ਪਤਾ ਸੀ, ਪਰ ਜਿਵੇਂ ਆਪਾਂ ਕਹੀਏ ਕਿ ਮੈਂ ਪਹਿਲਾਂ ਸੁਣਿਆ, ਮੈਂ ਤਾਂ ਬਹੁਤ ਛੋਟੀ ਸੀ, ਮੈਂ ਨਹੀਂ ਸੁਣਿਆ ਜਿੰਨੇ ਕੁ, ਜਿਵੇਂ ਆਪਾਂ ਸੋਸ਼ਲ ਮੀਡੀਆ ਕਰਕੇ ਜਿੰਨਾ ਕੁ ਮੈਂ ਸੁਣਿਆ ਉਵੇਂ ਹੀ ਸੁਣਿਆ ਉਹਨਾਂ ਨੂੰ, ਮੈਂ ਨਹੀਂ ਸੁਣਿਆ ਕਿਉਂਕਿ ਮੈਂ ਬਹੁਤ ਨਿੱਕੀ ਸੀ ਉਦੋਂ, ਅਤੇ ਪਰ ਉਹਨਾਂ ਦੇ ਜਾਣ ਤੋਂ ਬਾਅਦ 35 ਸਾਲ ਹੋ ਗਏ ਆਈ ਥਿੰਕ ਉਹਨਾਂ ਨੂੰ ਗਿਆ ਨੂੰ, ਪਰ ਉਹਨਾਂ ਨੂੰ
ਜਾਣ ਤੋਂ ਬਾਅਦ ਵੀ ਅੱਜ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਸੁਣਿਆ ਜਾਂਦਾ। ਅਤੇ ਇਹ ਮੈਂ ਨਹੀਂ ਕਹਿ ਰਹੀ, ਮਤਲਬ ਕੰਪਨੀਜ਼ ਆਪ ਦੱਸਦੀਆਂ ਨੇ ਕਿ ਜਿਨ੍ਹਾਂ ਦੇ ਜਾਣ ਤੋਂ ਬਾਅਦ ਇੱਕ ਨੁਸਰਤ ਫਤਿਹ ਅਲੀ ਖਾਨ ਸਾਹਿਬ ਅਤੇ ਇੱਕ ਚਮਕੀਲਾ ਜੀ, ਇਹਨਾਂ ਨੂੰ ਅੱਜ ਵੀ ਸਭ ਤੋਂ ਜ਼ਿਆਦਾ ਸੁਣਿਆ ਜਾਂਦਾ। ਅਤੇ ਬਸ ਮੈਂ ਨਹੀਂ ਸੁਣਿਆ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਉਹਨਾਂ ਦੇ ਗਾਣੇ ਕੋਈ ਡਬਲ ਮੀਨਿੰਗ ਸੀਗੇ, ਕਿਉਂਕਿ ਮੈਂ ਬਹੁਤ ਛੋਟੀ ਸੀ, ਮੈਂ ਤਾਂ ਮੈਂ ਨਹੀਂ ਸੁਣਿਆ। ਅੱਛਾ, ਲਾਈਵ ਹੋਣ ਦਾ ਮਕਸਦ ਕੀ ਸੀ? ਕਿਉਂਕਿ ਜਿਵੇਂ ਤੁਸੀਂ ਲਾਈਵ ਹੋ ਕੇ ਕਾਫੀ ਜ਼ਿਆਦਾ ਇਮੋਸ਼ਨਲ ਸੀ, ਕਾਫੀ ਦਿਲ ਦੇ ਵਿੱਚ ਜੋ ਉਬਾਰ ਸੀ ਕੱਢਿਆ, ਉਸ ਲਾਈਵ ਦੇ ਵਿੱਚ ਬਹੁਤ ਜ਼ਿਆਦਾ ਨਾਮ ਤੁਸੀਂ ਸਿਰਫ ਦੀਪ ਸਿੱਧੂ ਦਾ ਹੀ ਰੱਖਿਆ, ਉਹ ਕਿਉਂ? ਮੈਂ ਨਹੀਂ ਰੱਖਿਆ, ਮੈਨੂੰ ਕੰਟਰੋਵਰਸੀਆਂ 'ਚ ਪੈਣ ਦੀ ਆਦਤ ਨਹੀਂ। ਮੈਂ 15 ਸਾਲ ਤੋਂ ਇਸ ਇੰਡਸਟਰੀ 'ਚ ਕੰਮ ਕਰ ਰਹੀ ਹਾਂ, ਸਾਰੇ ਹੀ ਮੈਨੂੰ ਜਾਣਦੇ ਨੇ, ਮੇਰੀ ਆਦਤ ਹੈ ਆਪਦਾ ਕੰਮ ਕਰਨਾ ਅਤੇ ਆਪਦੇ ਘਰ ਵਾਪਸ ਆ ਜਾਣਾ। ਮੈਂ ਤਾਂ ਬਹੁਤ ਇੰਟਰੋਵਰਟ ਹਾਂ, ਮੈਂ ਤਾਂ ਮਿਕਸਅਪ ਵੀ ਨਹੀਂ ਜਲਦੀ ਹੋ ਪਾਉਂਦੀ, ਸੋ ਵੀ ਮੈਂ ਦੀਪ ਦਾ ਨਾਮ ਵਰਤਿਆ, ਇਹ ਮੈਨੂੰ ਲੱਗਦਾ ਤੁਹਾਡੀ ਇਨਫੋਰਮੇਸ਼ਨ ਗਲਤ ਆ, ਤੁਸੀਂ ਗਲਤ ਕਹਿ ਰਹੇ ਹੋ। ਲੋਕਾਂ ਨੇ ਲੈ ਕੇ ਆਉਂਦਾ, ਮੈਂ ਆਪਦੀ ਫਿਲਮ ਦੀ ਪੋਸਟ ਪਾਈ ਆ, ਉਹਦੇ ਵਿੱਚ ਕਿਤੇ ਵੀ ਤੁਸੀਂ ਵੇਖ ਲਓ ਜ਼ਿਕਰ ਨਹੀਂ, ਮੈਂ ਫਿਲਮ ਦੀ ਪੋਸਟ ਪਾਈ ਆ। ਉੱਥੇ ਲੋਕ ਲੈ ਕੇ ਆਏ ਕਿ ਤੁਸੀਂ ਇਹ ਫਿਲਮ ਕਿਉਂ ਕਰ ਰਹੇ ਹੋ ਜੀ, ਤੂੰ ਤਾਂ ਪੈਸੇ ਪਿੱਛੇ ਜ਼ਮੀਰ ਵੇਚਤਾ, ਤੂੰ ਦੀਪ ਸਿੱਧੂ ਦੀ ਭੈਣ ਨਹੀਂ ਹੋ ਸਕਦੀ, ਮੇਰੀ ਫਿਲਮ ਦੀ ਪੋਸਟ ਆ ਉਹ, ਮੈਂ ਨਹੀਂ ਲੈ ਕੇ ਆਈ ਦੀਪ ਨੂੰ ਵਿੱਚ। ਔਰ ਦੂਸਰੀ ਗੱਲ, ਮੇਰਾ ਪ੍ਰੋਫੈਸ਼ਨ ਆ, ਮੈਂ ਜਦੋਂ ਬਹੁਤ ਛੋਟੀ ਸੀ ਮੈਂ ਉਸ ਵੇਲੇ ਸੋਚ ਲਿਆ ਸੀ ਕਿ ਮੈਂ ਐਕਟਰੈਸ ਬਣਨਾ, ਅਤੇ ਮੈਂ ਬਣੀ, ਪਰਮਾਤਮਾ ਦਾ ਹੱਥ ਮੇਰੇ ਸਿਰ 'ਤੇ ਆ, ਮੈਂ ਬਣੀ। ਜਿਸ ਤਰ੍ਹਾਂ ਦੇ ਪਰਿਵਾਰ 'ਚੋਂ ਉੱਠ ਕੇ ਮੈਂ ਆਈ ਹਾਂ, ਇਹ ਕੋਈ ਬਹੁਤ ਸੌਖੀ ਗੱਲ ਨਹੀਂ ਸੀ, ਇੱਥੇ ਆ ਕੇ ਆਪਦਾ ਕੰਮ ਕਰਨਾ ਅਤੇ ਆਪਦਾ ਨਾਮ ਬਣਾਉਣਾ, ਇਹ ਬਹੁਤ ਔਖਾ ਸੀ। ਸੋ ਮੈਨੂੰ ਗੁੱਸਾ ਆਇਆ ਜਿਵੇਂ ਲੋਕਾਂ ਨੇ ਕਿਹਾ, ਅਤੇ ਮੈਨੂੰ ਲੱਗਿਆ ਕਿ ਮੈਨੂੰ ਲਾਈਵ ਹੋਣਾ ਚਾਹੀਦਾ, ਨੋਟ ਫੋਰ ਕੰਟਰੋਵਰਸੀ, ਇਹ ਮੈਂ ਬਾਰ ਬਾਰ ਕਹਿ ਰਹੀ ਹਾਂ, ਕਿਉਂਕਿ ਮੈਂ ਇੱਦਾਂ ਦੀ ਹੈ ਨਹੀਂ। ਮੈਨੂੰ ਗੁੱਸਾ ਹੀ ਇੰਨਾ ਆਇਆ ਕਿ ਮੇਰੇ ਆਪਦੇ ਨੇ ਜਦੋਂ ਜੀ ਕਰਦਾ ਉਸ ਵੇਲੇ ਉਹ ਹੱਥ ਜੋੜ ਕੇ ਭੈਣ ਜੀ ਕਹਿਣ ਲੱਗ ਜਾਂਦੇ ਨੇ, ਜਦੋਂ ਉਹਨਾਂ ਦਾ ਜੀ ਕਰਦਾ ਉਦੋਂ ਉਹ ਗਾਲਾਂ ਦੇਣ ਲੱਗ ਜਾਂਦੇ ਨੇ। ਮੇਰੀ ਪ੍ਰੋਬਲਮ ਇਹ ਸੀ, ਇਸ ਕਰਕੇ ਮੈਂ ਲਾਈਵ ਹੋਈ ਸੀ, ਔਰ ਮੈਂ ਉਹਨਾਂ ਨੂੰ ਇਹ ਕਿਹਾ ਕਿ ਮੈਂ ਇਹ ਸਿਲਸਿਲਾ ਸ਼ੁਰੂ ਨਹੀਂ ਕਰਨਾ, ਮੈਂ ਇਹ ਖੇਡ ਨਹੀਂ ਖੇਡ ਸਕਦੀ ਕਿ ਅੱਜ ਮੈਂ ਬੋਲੀ ਹਾਂ ਕੱਲ੍ਹ ਨੂੰ ਫਿਰ ਤੁਸੀਂ ਬੋਲੋ ਫਿਰ ਮੈਂ ਬੋਲਾਂ। ਇਹ ਮੈਂ ਪਹਿਲੀ ਵਾਰੀ ਹੋਈ ਸੀ, ਔਰ ਇਹ ਮੈਂ ਕੋਈ ਕੰਟਰੋਵਰਸੀ ਕ੍ਰੀਏਟ ਕਰਨ ਲਈ ਜਾਂ ਮੇਰੀ ਫਿਲਮ ਆ ਰਹੀ ਹੈ ਇਸ ਕਰਕੇ, ਮੈਂ ਇਹੋ ਜਿਹੇ ਘਟੀਆ ਗੱਲਾਂ ਮੈਂ ਨਹੀਂ ਕਰ ਸਕਦੀ ਇੰਨੇ ਚੀਪ ਲੈਵਲ 'ਤੇ ਜਾ ਕੇ। ਉਹ ਮੇਰਾ ਗੁੱਸਾ ਸੀ ਮੇਰੇ ਲੋਕਾਂ ਦੇ ਨਾਲ, ਜਿਹੜੇ ਮੈਨੂੰ ਲੱਗਦਾ ਨੇ ਵੀ ਮੇਰੇ ਨੇ, ਪਰ ਉਹ ਮੇਰੇ ਖਿਲਾਫ਼ ਭੁਗਤੇ। ਕੰਮ ਇਕੱਲਾ ਉਸ ਫਿਲਮ 'ਚ ਮੈਂ ਨਹੀਂ ਕੀਤਾ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਕੁੜੀਆਂ ਨੂੰ ਗਾਲਾਂ ਕੱਢੋ, ਤੁਸੀਂ ਐਪਰੀਸ਼ੀਏਟ ਕਰੋ। ਤੁਸੀਂ ਫਿਲਮ ਦੇਖੀ ਨਹੀਂ, ਤੁਹਾਨੂੰ ਪਤਾ ਨਹੀਂ ਕਿ ਫਿਲਮ 'ਚ ਕੀ ਹੈ, ਮੈਂ ਕੀ ਕਰਕੇ ਆਈ ਹਾਂ, ਹੈ ਨਾ। ਉਹ ਮੇਰਾ ਮੇਰੇ ਲੋਕਾਂ ਦੇ ਨਾਲ ਗੁੱਸਾ ਸੀ, ਜੋ ਮੈਨੂੰ ਲੱਗਿਆ ਕਿ ਮੈਨੂੰ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਸੀ। ਜਿਵੇਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਫਿਲਮ ਰਿਲੀਜ਼ਿੰਗ ਦਾ ਸਮਾਂ ਨੇੜੇ ਆ ਰਿਹਾ, ਉਵੇਂ ਉਵੇਂ ਜਿਸ ਤਰ੍ਹਾਂ ਗੱਲ ਕਰ ਲਈਏ ਕਿ ਚਰਚਾਵਾਂ ਦੀ ਫਿਲਮਾਂ, ਯਾਨੀ ਫਿਲਮ ਚਰਚਾ ਦੇ ਵਿੱਚ ਰਹਿ ਰਹੀ ਹੈ। ਹੁਣ ਨਿਸ਼ਾ ਬਾਨੋ ਦੀ ਗੱਲ ਕਰ ਲਈਏ, ਦਲਜੀਤ ਦੋਸਾਂਝ ਜੀ ਦੇ ਨਾਲ ਉਹਨਾਂ ਦੀ ਇੱਕ ਫੋਟੋ ਵਾਇਰਲ ਹੋਈ ਸੀ, ਹੈ ਨਾ ਜੀ, ਕਿ ਉਹਨਾਂ ਨੂੰ ਵੀ ਇੱਕ ਮੁੱਦਾ ਬਣਾ ਦਿੱਤਾ ਗਿਆ, ਉਹਨਾਂ ਨੂੰ ਵੀ ਕਾਫੀ ਵਾਇਰਲ ਕਰ ਦਿੱਤਾ ਗਿਆ, ਅਤੇ ਹੁਣ ਮੁੱਦਾ ਤੁਹਾਡਾ ਉੱਠ ਗਿਆ। ਜਿਸ ਤਰ੍ਹਾਂ ਕਿ ਗੱਲ ਕਰ ਲਈ ਕਿ ਹੁਣ ਤੁਸੀਂ ਇਸ ਤਰ੍ਹਾਂ ਯਾਨੀ ਵਾਇਰਲ ਚੱਲ ਰਹੇ ਹੋ ਤੁਸੀਂ ਸੋਸ਼ਲ ਮੀਡੀਆ 'ਤੇ, ਯਾਨੀ ਇਹ ਕੋਈ ਸਟੰਟ ਹੁੰਦਾ ਕਿਤੇ? ਕਈ ਵਾਰੀ ਇੱਦਾਂ ਹੁੰਦਾ ਕਿ ਫਿਲਮ ਕਹਿ ਚੁੱਕੇ ਹਾਂ, ਸੋਰੀ, ਇਹਨੂੰ ਬਾਰ ਬਾਰ ਸਟੰਟ ਹੈ ਨਹੀਂ, ਤੁਸੀਂ ਬਣਾਓ ਨਾ। ਮੈਂ ਆਪਦੀ ਫਿਲਮ ਲਈ ਇੰਟਰਵਿਊ ਕਰਨ ਆਈ ਹਾਂ, ਔਰ ਮੈਨੂੰ ਲੱਗਦਾ ਕਿ ਮੇਰੀ ਫਿਲਮ ਲਈ ਗੱਲ ਕੀਤੀ ਜਾਵੇ। ਇਹ ਜੇ ਮੈਂ ਲਾਈਵ ਨਾ ਵੀ ਹੁੰਦੀ ਤਾਂ ਵੀ ਮੈਂ ਫਿਲਮ ਲਈ ਇੰਟਰਵਿਊਜ਼ ਕਰਦੀ। ਮੈਨੂੰ ਨਹੀਂ ਪਤਾ ਵੀ ਇਹ ਪਰਮਾਤਮਾ ਨੇ ਕਿਉਂ ਕਰਾਇਆ, ਜਾਂ ਮੈਨੂੰ ਕਦੇ ਗੁੱਸਾ ਆਇਆ ਨਹੀਂ। ਮੈਂ ਉਸ ਲਾਈਵ 'ਚ ਵੀ ਬਾਰ ਬਾਰ ਕਹਿ ਰਹੀ ਹਾਂ ਕਿ ਮੇਰਾ ਇਹ ਸੁਭਾਅ ਹੀ ਨਹੀਂ ਜੋ ਮੈਂ ਕੀਤਾ, ਪਰ ਮੈਨੂੰ ਲੱਗਿਆ ਕਿ ਤੁਸੀਂ ਮੈਨੂੰ ਪਹਿਲਾਂ ਬਲੇਮ ਦੇ ਰਹੇ ਹੋ, ਜਾਂ ਤੁਸੀਂ ਚਮਕੀਲਾ ਹੀ ਬਾਰੇ ਬੋਲਦੇ ਹੋ। ਸੁਣਦਾ ਉਹਨਾਂ ਨੂੰ ਕੌਣ ਆ? ਤੁਸੀਂ ਲੋਕ ਸੁਣਦੇ ਸੀ ਨਾ,
ਮੈਨੂੰ ਤਾਂ ਪਤਾ ਵੀ ਨਹੀਂ, ਮੈਂ ਤਾਂ ਜੰਮੀ ਵੀ ਨਹੀਂ। ਔਰ ਫਿਰ ਜਿਹੜਾ ਮੈਂ ਕਰੈਕਟਰ ਕੀਤਾ, ਤੁਹਾਨੂੰ ਪਤਾ ਉਸ ਔਰਤ ਦੀ ਕੀ ਜਰਨੀ ਹੋਊਗੀ, ਉਹਨੇ ਕਿਵੇਂ ਆਪਦੇ ਬੱਚੇ ਪਾਲੇ ਹੋਣਗੇ। ਮਤਲਬ ਤੁਸੀਂ ਸਿੱਧੇ ਹੀ ਲੱਗ ਗਏ, ਮੈਨੂੰ ਗੁੱਸਾ ਹੀ ਬਹੁਤ ਆਇਆ ਉਹਨਾਂ 'ਤੇ। ਮੈਂ ਉਹੀ ਗੱਲ ਕਰ ਰਿਹਾ ਕਿ ਜਿਸ ਤਰੀਕੇ ਦੇ ਨਾਲ, ਯਾਨੀ ਫਿਲਮ ਦੀ ਕਹਿੰਦੇ ਨੇ ਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੁੰਦਾ, ਕਿਉਂਕਿ ਆਪਾਂ ਲੋਕਾਂ ਦੀ ਹੀ ਗੱਲ ਕਰ ਰਹੇ ਹਾਂ, ਠੀਕ ਹੈ ਨਾ, ਕਿਉਂਕਿ ਲੋਕ ਇਹ ਕਹਿੰਦੇ ਨੇ ਕਿ ਫਿਲਮ ਨੂੰ ਪ੍ਰਮੋਟ ਕਰਨ ਵਾਸਤੇ ਅੱਜ ਕੱਲ੍ਹ ਇਹ ਗੱਲਾਂ ਹੁੰਦੀਆਂ ਨੇ, ਇਹ ਸਟੈਂਟ ਹੁੰਦੇ ਨੇ। ਮੈਂ ਉਹੀ ਗੱਲ ਕਰ ਰਿਹਾ ਕਿ ਤੁਹਾਨੂੰ ਕੀ ਲੱਗਿਆ ਕਿ ਤੁਹਾਨੂੰ, ਜਿਵੇਂ ਤੁਸੀਂ ਕਿਹਾ ਕਿ ਲਾਈਵ ਮੈਂ ਕਦੇ ਹੁੰਦੀ ਨਹੀਂ ਹੈਗੀ, ਪਰ ਤੁਸੀਂ ਕਮੈਂਟਾਂ ਤੋਂ ਇੰਨਾ ਡਰ ਗਏ ਕਿ ਤੁਹਾਨੂੰ ਲਾਈਵ ਹੋਣਾ ਪਿਆ ਕਿ ਰੋਣ ਤੱਕ ਉਹ ਆ ਗਈ, ਕੀ ਗੱਲ, ਹਿੰਮਤ ਟੁੱਟ ਗਈ ਸੀ? ਕਿਵੇਂ ਨਹੀਂ ਟੁੱਟੂਗੀ, ਤੁਹਾਡੇ ਆਪਦੇ ਲੋਕ ਤੁਹਾਨੂੰ ਐਂ ਕਹਿ ਰਹੇ ਆ। ਹਿੰਮਤ ਮੇਰੀ ਕੋਈ ਨਹੀਂ ਤੋੜ ਸਕਦਾ, ਹੈ ਨਾ, ਪਰਮਾਤਮਾ ਬਾਹ ਨਾ ਛੱਡੇ, ਹਿੰਮਤ ਕੋਈ ਨਹੀਂ ਤੋੜ ਸਕਦਾ। ਮੈਨੂੰ ਗੁੱਸਾ ਬਹੁਤ ਸੀ, ਮੈਨੂੰ ਗੁੱਸਾ ਆਇਆ ਸੀ ਉਸ ਵੇਲੇ ਜਿਸ ਤਰੀਕੇ ਨਾਲ ਮੈਂ ਲਾਈਵ ਹੋਈ। ਮੇਰੇ ਕੋਲ ਕੋਈ ਵੀ ਨਹੀਂ ਸੀ, ਹੋ ਸਕਦਾ ਮੇਰਾ ਕੋਈ ਆਪਦਾ ਮੇਰੇ ਕੋਲ ਹੁੰਦਾ, ਸ਼ਾਇਦ ਮੈਨੂੰ ਰੋਕ ਦਿੰਦੇ, ਹੈ ਨਾ, ਵੀ ਇਹ ਨਹੀਂ ਕਰਨਾ। ਪਰ ਮੈਨੂੰ ਗੁੱਸਾ ਹੀ ਇੰਨਾ ਜ਼ਿਆਦਾ ਸੀ ਕਿ ਮੈਨੂੰ ਲੱਗਿਆ ਕਿ ਨਹੀਂ, ਮੈਂ ਕਹਿਣੀ ਹੈ ਇਹ ਗੱਲ। ਔਰ ਇਹ ਕੰਮ ਤੁਸੀਂ ਮੈਨੂੰ, ਤੁਹਾਡੇ ਕਮੈਂਟ ਜਾਂ ਕੋਈ ਵੀ ਚੀਜ਼ ਮੈਨੂੰ ਰੋਕ ਨਹੀਂ ਸਕਦੀ, ਮੈਂ ਮੇਰਾ ਕੰਮ ਕਰਦੀ ਹੀ ਰਹੂੰਗੀ ਇਸੇ ਤਰੀਕੇ ਨਾਲ ਜਿਵੇਂ ਮੈਂ ਕਰ ਰਹੀ ਹਾਂ ਜੀ। ਇਮਤਿਆਜ਼ ਅਲੀ ਜੀ ਇੱਕ ਵੱਡਾ ਨਾਮ ਹੈ, ਜਦ ਵੀ ਕੋਈ ਫਿਲਮ ਬਣਾਉਂਦੇ ਨੇ ਬੜੀ ਬਰੀਕੀ 'ਤੇ ਜਾਂਦੇ ਨੇ ਉਹ, ਔਰ ਤੁਹਾਨੂੰ ਕਿਸ ਤਰ੍ਹਾਂ, ਯਾਨੀ ਜਿੱਦਾਂ ਕਿ ਗੱਲ ਕਰ ਲਈਏ ਜਿਹੜੀ ਗੁਰਮੇਲ ਕੌਰ ਹੈ ਉਹਨਾਂ ਦੀ ਵਾਈਫ ਦੇ ਨਾਲ, ਯਾਨੀ ਮਿਲਣਾ ਹੋਇਆ, ਯਾਨੀ ਉਹਨਾਂ ਨੇ ਕੀ ਗੱਲ ਆਖੀ ਡਾਇਰੈਕਟਰ ਸਾਹਿਬ ਨੇ ਕਿ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਇਹ ਫਿਲਮ ਦੇ ਵਿੱਚ ਯਾਨੀ ਕਿਰਦਾਰ ਨਿਭਾਉਣਾ, ਯਾਨੀ ਕਿੰਨਾ ਕੁ ਜਿਸ ਤਰ੍ਹਾਂ ਕਿ ਗੱਲ ਕਰ ਲਈ ਕਾਫੀ ਬਰੀਕੀ ਤੋਂ ਦੇਖਦੇ ਨੇ, ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਕਿ ਕਾਫੀ ਪਰੇਸ਼ਾਨੀ ਵੀ ਆਈ ਹੋਣੀ, ਕਿਉਂਕਿ ਜਿਸ ਤਰ੍ਹਾਂ ਕਿ ਇੱਕ ਵੱਡਾ ਕਿਰਦਾਰ ਨਿਭਾ ਰਹੇ ਹੋ ਤੁਸੀਂ, ਹਾਲਾਂਕਿ ਅਮਰਜੋਤ ਨੂੰ ਜਿੱਦਾਂ ਗੱਲ ਕਰ ਲਈਏ ਕਿ ਸਾਰੇ ਜਾਣਦੇ ਨੇ, ਹੈ ਨਾ, ਪਰ ਜਿਹੜੀ ਗੁਰਮੇਲ ਕੌਰ ਹੈ ਉਹਨਾਂ ਨੂੰ ਕੋਈ ਨਹੀਂ ਜਾਣਦਾ, ਕਿੱਦਾਂ ਦਾ ਲੱਗ ਰਿਹਾ ਉਹਨਾਂ ਦਾ ਕਿਰਦਾਰ ਕਰਕੇ, ਅਤੇ ਕਿਸ ਤਰ੍ਹਾਂ ਦਾ ਲੱਗਿਆ ਕਿ ਉਹਨਾਂ ਨੂੰ ਮਿਲ ਕੇ, ਤੁਸੀਂ ਮਿਲੇ ਵੀ ਹੋਣੇ ਉਹਨਾਂ ਦੀ ਵਾਈਫ ਨੂੰ? ਨਹੀਂ, ਮੈਂ ਨਹੀਂ ਗੁਰਮੇਲ ਜੀ ਨੂੰ ਮਿਲੀ। ਮੈਂ ਜਿਸ ਵੇਲੇ, ਮੈਨੂੰ ਪਤਾ, ਮੈਂ ਉਹਨਾਂ ਦੇ ਇੰਟਰਵਿਊਜ਼ ਦੇਖੇ ਸੀ ਬਹੁਤ, ਔਰ ਜਿਸ ਦਿਨ ਮੇਰਾ ਸ਼ੂਟ ਨਹੀਂ ਸੀ ਉਸ ਦਿਨ ਉਹ ਸੈੱਟ 'ਤੇ ਆਏ ਸੀ, ਅਤੇ ਨੈਕਸਟ ਡੇ ਮੈਨੂੰ ਇਮਤਿਆਜ਼ ਸਰ ਨੇ ਕਿਹਾ ਕਿ ਕੱਲ੍ਹ ਗੁਰਮੇਲ ਜੀ ਆਈ ਥੀ, ਤਾਂ ਮੇਰੇ ਕਰਮਾਂ 'ਚ ਨਹੀਂ ਸੀ ਉਹਨਾਂ ਨੂੰ ਮਿਲਣਾ। ਪਰ ਓਬਵੀਅਸਲੀ ਇੱਕ ਔਰਤ ਜਿਹਦਾ ਹਸਬੈਂਡ ਨਹੀਂ ਰਹਿੰਦਾ ਔਰ ਜਿਹਨੇ ਕਿਵੇਂ ਬੱਚੇ ਪਾਲੇ ਹੋਣਗੇ, ਕਿੰਨੀ ਸਟਰਗਲ ਹੋਊਗੀ, ਇਹ ਆਪਾਂ ਸੋਚ ਸਕਦੇ ਹਾਂ। ਔਰ ਕਰੈਕਟਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਬਹੁਤ ਆਡੀਸ਼ਨਸ ਹੋਏ, ਇਹ ਨਹੀਂ ਕਿ ਮੈਨੂੰ ਐਂ ਹੀ ਮਿਲ ਗਿਆ, ਬਹੁਤ ਆਡੀਸ਼ਨਸ ਹੋਏ ਮੇਰੇ, 7-8 ਆਡੀਸ਼ਨ ਹੋਏ, ਇੱਕ ਤੋਂ ਬਾਅਦ ਇੱਕ, ਫਿਰ ਇੱਕ, ਫਿਰ ਇੱਕ, ਕਦੇ ਮਹੀਨੇ ਬਾਅਦ ਕਾਲ, ਕਦੇ 25 ਦਿਨ ਬਾਅਦ ਕਾਲ, ਕਦੇ 1.5 ਮਹੀਨੇ ਬਾਅਦ ਕਾਲ, ਅਤੇ ਕਿ ਥੋੜ੍ਹਾ ਜਿਹਾ ਇੱਦਾਂ ਕਰ ਲਓ, ਥੋੜ੍ਹਾ ਜਿਹਾ ਇਮੋਸ਼ਨ ਹੋਰ, ਥੋੜ੍ਹਾ ਜਿਹਾ, ਹੈ ਨਾ, ਕਿਉਂਕਿ ਉਹਨਾਂ ਨੂੰ ਪਰਫੈਕਟ ਚਾਹੀਦਾ ਹੁੰਦਾ। ਇਕੱਲੀ ਮੈਂ ਨਹੀਂ ਹੋਊਂਗੀ, ਪਤਾ ਨਹੀਂ ਕਿੰਨੀਆਂ ਕੁੜੀਆਂ ਹੋਣਗੀਆਂ, ਅਸੀਂ ਕੋਈ 5-6 ਸ਼ਾਰਟਲਿਸਟ ਤਾਂ ਹੋਵਾਂਗੇ ਹੀ ਨਾ, ਜਿਨ੍ਹਾਂ 'ਚੋਂ ਮੇਰਾ ਹੋਇਆ, ਉਹ ਬਸ ਪਰਮਾਤਮਾ ਨੇ ਜਿਹਦੀ ਝੋਲੀ ਪਾਉਣਾ ਹੁੰਦਾ, ਮੇਰੀ ਕਿਸਮਤ 'ਚ ਲਿਖਿਆ ਸੀ ਮੈਨੂੰ ਮਿਲ ਗਿਆ, ਦੂਜੀਆਂ ਕੁੜੀਆਂ ਵੀ ਟੈਲੈਂਟਡ ਹੀ ਹੋਣਗੀਆਂ, ਹੈ ਨਾ। ਹਾਂ ਬਿਲਕੁਲ। ਅੱਛਾ, ਤੁਸੀਂ ਲਾਈਵ ਦੇ ਵਿੱਚ ਇਹ ਗੱਲ ਆਖੀ ਸੀ, ਕਹਿੰਦੇ ਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਅਗਰ ਦੀਪ ਸਿੱਧੂ ਹੁੰਦਾ ਤਾਂ ਤੁਹਾਨੂੰ ਕਹਿੰਦਾ ਕਿ ਫਿਲਮ ਨਹੀਂ ਕਰਨੀ, ਬਹੁਤ ਸਾਰੀਆਂ ਗੱਲਾਂ ਹੋਈਆਂ ਸੀ ਜਿਸ ਟਾਈਮ, ਤੁਸੀਂ ਇਹ ਵੀ ਗੱਲ ਕਹੀ ਹੈ ਕਿ ਜਿਸ ਟਾਈਮ ਫਿਲਮ ਦੇ ਨਾਲ ਜੁੜਨ ਜਾ ਰਹੇ ਸੀ ਦੀਪ ਵੀਰ ਨੇ ਇਹ ਗੱਲ ਆਖੀ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਫਿਲਮ ਦੇ ਨਾਲ ਜੁੜ ਗਏ। ਅੱਛਾ, ਉਸ ਸਮੇਂ ਦੀਪ ਭਾਅ ਜੀ ਨਾਲ ਸੀ ਜਿਸ ਟਾਈਮ ਇਹ ਤੁਹਾਡੇ ਫਿਲਮ ਦੇ ਨਾਲ ਜੁੜਦਾ ਹੋਇਆ? ਇਹ ਬਹੁਤ ਲੰਬਾ ਪ੍ਰੋਸੈਸ ਸੀ, ਉਸ ਵੇਲੇ ਮੈਨੂੰ ਕਾਲ ਆਈ ਸੀ, ਸਿਰਫ ਕਾਲ ਆਈ ਸੀ, ਉਹ ਮੇਰੀ ਜ਼ਰੂਰ ਗੱਲ ਹੋਈ ਸੀ ਕਿ ਐਂ ਕਰਕੇ ਮੈਨੂੰ ਫੋਨ ਆਇਆ, ਤਾਂ ਉਹ ਖੁਸ਼, ਉਹ ਤਾਂ ਐਪਰੀਸ਼ੀਏਟ ਕਰਦਾ ਸੀ। ਮੈਂ ਤਾਂ ਇਸ ਗੱਲ ਤੋਂ ਹੈਰਾਨ ਹਾਂ ਕਿ ਕੈਸੇ ਲੋਕ ਨੇ ਜਿਹੜੇ ਆਪਦੇ ਆਪ ਨੂੰ ਇਹ ਕਹਿੰਦੇ ਨੇ ਕਿ ਅਸੀਂ ਪਿਆਰ ਕਰਦੇ ਹਾਂ ਦੀਪ ਨੂੰ। ਸੋਰੀ ਮੈਂ ਗੱਲਾਂ ਕਰ ਰਹੀ ਹਾਂ, ਤੁਸੀਂ ਮੈਨੂੰ ਕੁਐਸਚਨ ਪੁੱਛੋ, ਪਰ ਮੈਂ ਦੀਪ ਦਾ ਨਾਮ ਨਾ ਲੈਣਾ ਨਹੀਂ ਚਾਹੁੰਦੀ ਹੁੰਦੀ ਆਪ, ਖਾਸ ਕਰਕੇ ਆਏ, ਕਿਉਂਕਿ ਇਸ ਗੱਲ ਨੂੰ ਬਣਾ ਦਿੱਤਾ ਜਾਂਦਾ। ਉਹ ਮੇਰਾ ਭਰਾ ਸੀ, ਮੇਰਾ ਇੱਕ ਰਿਸ਼ਤਾ, ਇੱਕ ਬੌਂਡ ਉਹਦੇ ਨਾਲ ਹੈਗਾ ਸੀ, ਅਸੀਂ ਲੜਦੇ ਵੀ ਬਥੇਰਾ ਸੀ, ਪਰ
ਤੁਸੀਂ ਉਹਨੂੰ ਜਾਣਦੇ ਹੀ ਨਹੀਂ। ਉਹ ਨਫ਼ਰਤ ਦਾ ਭਰਿਆ ਨਹੀਂ ਸੀ, ਉਹ ਬਹੁਤ ਪਿਆਰ ਕਰਨ ਵਾਲਾ ਸੀ, ਐਪਰੀਸ਼ੀਏਟ ਕਰਨ ਵਾਲਾ ਸੀ, ਆਪ ਤੋਂ ਦੂਜਿਆਂ ਨੂੰ ਹੱਲਾਸ਼ੇਰੀ ਦੇਣ ਵਾਲਾ ਸੀ, ਅੱਗੇ ਵਧਣ ਨੂੰ ਕਹਿਣ ਵਾਲਾ ਸੀ। ਸੋ ਬਸ ਇਹਨਾਂ ਗੱਲਾਂ ਕਰਕੇ ਹੀ ਮੈਨੂੰ ਗੁੱਸਾ ਆਇਆ ਅਤੇ ਮੈਨੂੰ ਲੱਗਿਆ ਮੈਨੂੰ ਲਾਈਵ ਹੋਣਾ ਚਾਹੀਦਾ। ਅਤੇ ਮੈਂ ਬਾਰ ਬਾਰ ਕਹੂੰਗੀ, ਕਿਉਂਕਿ ਤੁਸੀਂ ਨਾ ਮੈਨੂੰ ਬੋਲ ਬੋਲ ਕੇ ਐਂ ਕਰਤਾ। ਇਹ ਪਲੀਜ਼, ਇਹ ਕੋਂਟਰੋਵਰਸੀ ਨਹੀਂ ਸੀ। ਮੈਂ ਕੋਂਟਰੋਵਰਸੀ ਲਈ ਇੰਨੀ ਚੀਪ ਹਰਕਤ ਕਦੇ ਨਹੀਂ ਕਰਦੀ, ਕਿਉਂਕਿ ਕੋਂਟਰੋਵਰਸੀ ਕਰਨਾ ਨਾ ਇੱਕ ਚੁਟਕੀ ਦਾ ਕੰਮ ਹੁੰਦਾ। ਅਤੇ ਮੈਨੂੰ ਨਾ 15 ਸਾਲ ਹੋ ਗਏ ਇਸ ਫੀਲਡ ਦੇ ਵਿੱਚ, ਅਤੇ ਮੈਂ ਅੱਜ ਤੱਕ ਨਹੀਂ ਕੀਤਾ। ਇਹ ਕੋਈ ਐਂ ਨਹੀਂ ਸੀਗਾ ਕਿ ਮਤਲਬ ਇਹ ਫਿਲਮ ਆ ਰਹੀ ਆ, ਕਰੈਕਟਰ ਭਾਵੇਂ ਵਿੱਚ ਮੇਰਾ 5 ਮਿੰਟ ਦਾ ਹੋਵੇ, ਮੈਂ ਇੰਨੀ ਚੀਪ ਹਰਕਤ ਨਹੀਂ ਕਰ ਸਕਦੀ, ਹੈ ਨਾ। ਸੋ ਇਹ ਕੋਂਟਰੋਵਰਸੀ ਨਹੀਂ ਸੀ, ਨਾ ਹੀ ਫਿਲਮ ਕਰਕੇ ਮੈਂ ਕੀਤਾ। ਗੱਲ ਸਹੀ ਹੈ ਕੁਲ ਮੈਮ, ਜਿਸ ਤਰ੍ਹਾਂ ਤੁਸੀਂ ਚੁਟਕੀ ਮਾਰ ਕੇ ਕਿਹਾ ਕਿ ਕੋਂਟਰੋਵਰਸੀ ਕਰਨਾ ਆਸਾਨ ਹੈ, ਔਰ ਤੁਸੀਂ ਕਿਹਾ ਵੀ ਹੈ ਕਿ ਤੁਹਾਨੂੰ ਮੂਰਖ ਬਣਾਉਣਾ ਕੋਈ ਔਖਾ ਨਹੀਂ ਹੈਗਾ, ਕਿ ਮਿੰਟ 'ਚ ਬਣ ਜਾਂਦੇ ਹੋ। ਕਿਹੜੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਮੂਰਖ ਬਣਾਉਣਾ ਯਾਨੀ ਆਸਾਨ ਹੈ ਤੁਹਾਨੂੰ? ਇਹ ਭੋਲੇ ਨੇ, ਇਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ। ਗਾਲਾਂ ਦੇਣ ਲੱਗ ਜਾਣ ਤਾਂ ਲਾਈਨ ਬੰਨ ਦਿੰਦੇ ਨੇ, ਗਾਲਾਂ ਦੀ ਐਪਰੀਸ਼ੀਏਟ ਕਰਨ ਲੱਗ ਜਾਣ ਤਾਂ 1 ਮਿੰਟ 'ਚ ਕਰ ਦਿੰਦੇ ਨੇ। ਜਦੋਂ ਤੁਸੀਂ ਐਂ ਲਾ ਲਓ ਕਿ ਜਦੋਂ ਦਿਲਜੀਤ ਕੋਚੀਲਾ ਗਿਆ ਤਾਂ ਦਿਲਜੀਤ ਸਾਡਾ, ਜਦੋਂ ਦਿਲਜੀਤ ਨੇ ਫਿਲਮ ਕਰ ਲਈ ਇਹਨੇ ਆਹ ਫਿਲਮ ਕਿਉਂ ਕਰ ਲਈ? ਇਹ ਤਾਂ ਭੋਲੇ ਨੇ, ਤਰਸ ਆਉਂਦਾ ਇਹਨਾਂ 'ਤੇ ਕਿ ਕੀ ਕਰਦੇ ਨੇ ਇਹ। ਸਹੀ ਗੱਲ ਹੈ। ਹਾਂ, ਇਹੀ ਗੁੱਸਾ ਤਾਂ ਮੈਨੂੰ ਆਇਆ ਕਿ ਕੱਲ੍ਹ ਤੱਕ ਤਾਂ ਮੈਂ ਤੁਹਾਡੀ ਆਪਦੀ ਸੀ, ਮੈਂ ਕੀ ਗੁਨਾਹ ਕਰ ਲਿਆ? ਮੈਂ ਤਾਂ ਆਪਦਾ ਕੰਮ ਹੀ ਕਰ ਰਹੀ ਹਾਂ ਨਾ, ਜਿਹੜਾ ਕੰਮ ਮੈਂ 15 ਸਾਲ ਤੋਂ ਕਰਦੀ ਆ ਰਹੀ ਹਾਂ। ਪੈਸੇ ਕਿੰਨੇ ਕੁ ਪੈਸੇ, ਕੀ ਪੈਸੇ ਮਿਲ ਗਏ ਹੋਣਗੇ? ਮੈਨੂੰ ਮੇਰਾ ਕੰਮ ਪਿਆਰਾ, ਮੈਨੂੰ ਪੈਸੇ ਨਹੀਂ ਪਿਆਰੇ। ਹਾਂ ਠੀਕ ਹੈ, ਪੈਸੇ ਸਾਨੂੰ ਲੈਣੇ ਪੈਂਦੇ ਨੇ, ਕਰਨਾ ਪੈਂਦਾ, ਅਸੀਂ ਰੋਟੀ ਵੀ ਖਾਣੀ ਆ, ਪਰ ਐਸਾ ਕੁਛ ਨਹੀਂ ਹੁੰਦਾ ਕਿ ਪੈਸੇ ਪਿੱਛੇ ਤੁਸੀਂ ਆਪਦਾ ਜ਼ਮੀਰ ਵੇਚ ਦਿਓ। ਇਹ ਮੇਰਾ ਕੰਮ ਹੈ, ਇਹ ਮੇਰਾ ਕਰਮ ਹੈ, ਇਹ ਮੈਂ ਕਰਦੀ ਹੀ ਰਹੂੰਗੀ ਜੀ। ਅੱਛਾ, ਦਲਜੀਤ ਦੋਸਾਂਝ ਇੰਡਸਟਰੀ ਦਾ ਅੱਜ ਇੱਕ ਵੱਡਾ ਨਾਮ, ਵੱਡਾ ਸਟਾਰ, ਉਹਨਾਂ ਦੇ ਨਾਲ ਕੰਮ ਕਰਕੇ ਕਿੱਦਾਂ ਦਾ ਲੱਗਿਆ? ਪਹਿਲਾਂ ਵੀ ਕੋਈ ਉਹਨਾਂ ਨਾਲ ਫਿਲਮ ਕੀਤੀ ਹੈ, ਜਾਂ ਪਹਿਲਾਂ ਵੀ ਕੋਈ ਕੰਮ ਕੀਤਾ, ਜਾਂ ਫਿਰ ਪਹਿਲੀ ਵਾਰ ਉਹਨਾਂ ਦੇ ਨਾਲ ਕੰਮ ਕਰਨ ਜਾ ਰਹੇ ਹੋ? ਨਹੀਂ, ਮੇਰਾ ਪਹਿਲਾ ਸੀ, ਅਤੇ ਬਹੁਤ ਹੰਬਲ ਨੇ, ਬਹੁਤ ਵਧੀਆ ਇਨਸਾਨ ਨੇ, ਅਤੇ ਇਸ ਕਰਕੇ ਹੀ ਪਰਮਾਤਮਾ ਨੇ ਉਹਨਾਂ ਨੂੰ ਐਡੀ ਥਾਂ 'ਤੇ ਬਿਠਾਇਆ ਓਬਵੀਅਸਲੀ। ਅਤੇ ਬਹੁਤ ਨਿਮਰ ਸੁਭਾਅ ਦੇ, ਤੁਹਾਨੂੰ ਫੀਲ ਨਹੀਂ ਹੋਣ ਦਿੰਦੇ ਕਿ ਤੁਹਾਨੂੰ ਐਂ ਨਹੀਂ ਲੱਗਣ ਦਿੰਦੇ ਕਿ ਮੈਂ ਬਹੁਤ ਵੱਡਾ ਅਤੇ ਤੁਸੀਂ ਤਾਂ ਕੋਈ ਨਹੀਂ, ਹੈ ਨਾ। ਨੋ, ਸਾਨੂੰ ਇੱਥੇ ਬਹੁਤ ਦੇਖਣ ਨੂੰ ਮਿਲਦਾ, ਉਹ ਬਹੁਤ ਚੰਗੇ ਨੇ। ਅੱਛਾ, ਪਰੀਨੀਤੀ ਬਾਲੀਵੁੱਡ ਦੀ ਚੰਗੀ ਐਕਟਰਸ ਨੇ, ਉਹਨਾਂ ਦੇ ਨਾਲ ਮਿਲ ਕੇ ਕੰਮ ਕਰਕੇ ਕਿੱਦਾਂ ਦਾ ਲੱਗਿਆ? ਕਿੱਦਾਂ ਦਾ ਯਾਨੀ ਉਹਨਾਂ ਦਾ ਸੁਭਾਅ, ਕੋਈ ਗੱਲਾਂ ਬਾਤਾਂ ਕੋਈ ਸਾਂਝੀਆਂ ਕਰੋਗੇ? ਨਹੀਂ, ਮੇਰਾ ਉਹਨਾਂ ਦੇ ਨਾਲ ਕੋਈ ਖਾਸ ਸੀਨ, ਕੁਛ ਸ਼ੋਟਸ ਹੈ ਨਹੀਂ ਗੇ, ਪਰ ਇਹ ਕਿ ਜਦੋਂ ਮੇਰਾ ਪਹਿਲਾ ਦਿਨ ਜਦੋਂ ਮੁੰਬਈ ਸ਼ੂਟ ਕੀਤਾ ਸੀ, ਉਸ ਦਿਨ ਉਹ ਸੀਗੇ ਪਰਿਣਤੀ, ਅਤੇ ਵਧੀਆ ਨੇ, ਚੰਗੇ ਨੇ, ਜਿੰਨੀ ਕੁ ਗੱਲ ਹੋ ਸਕਦੀ ਸੀ ਹੈਲੋ ਹਾਏ ਉਹ ਹੋਇਆ, ਅਤੇ ਬਸ ਇੰਨੀ ਕੀ ਹੋਈ। ਮੈਨੂੰ ਉਹਨਾਂ ਦੀਆਂ ਫਿਲਮਾਂ ਚੰਗੀਆਂ ਲੱਗਦੀਆਂ, ਜਿਵੇਂ ਮੈਂ ਉਹਨਾਂ ਨੂੰ ਕਿਹਾ ਕਿ ਉਹ ਤੁਹਾਡੀ ਉਹ ਫਲਾਣੀ ਫਿਲਮ ਬੜੀ ਅੱਛੀ ਸੀ ਅਤੇ ਮੈਨੂੰ ਬਹੁਤ ਚੰਗੀ ਲੱਗੀ, ਵਧੀਆ ਸੀ, ਜਿੰਨੀ ਕੁ ਮੈਂ ਮਿਲੀ ਵਧੀਆ ਸੀ। ਅੱਛਾ, ਅਮਰਦੀਪ ਗਿੱਲ ਬਾਈ ਅਤੇ ਦੀਪ ਸਿੱਧੂ ਬਾਈ ਅਤੇ ਤੁਸੀਂ, ਤੁਹਾਡਾ ਕਾਫੀ ਵਧੀਆ ਇੱਕ ਪਿਆਰ ਰਿਹਾ, ਤੁਸੀਂ ਇੱਕ ਘਰ ਦੇ ਵਿੱਚ ਜਿੱਦਾਂ ਖਾਣਾ ਪੀਣਾ ਬਹੁਤ ਵਧੀਆ, ਤੁਹਾਡਾ ਇੱਕ ਟਿਊਨਿੰਗ ਬਹੁਤ ਵਧੀਆ ਰਿਹਾ, ਤੁਹਾਨੂੰ ਭੈਣ ਮੰਨਦੇ ਸੀ, ਹੈ ਨਾ। ਅੱਛਾ, ਕੋਈ ਇੱਦਾਂ ਦੀ ਗੱਲ ਕਿ ਤੁਸੀਂ ਦੀਪ ਸਿੱਧੂ ਜਿਹੜੀ ਹੋਰ ਕਿਸੇ ਨਾਲ ਨਾ ਕੀਤੀ ਹੋਵੇ, ਔਰ ਜਿਹੜੀ ਹੁਣ ਦਿਲ ਨੂੰ ਛੂੰਹਦੀ ਹੋਵੇ ਕਿ ਜੋ ਤੁਸੀਂ ਸਾਡੇ ਨਾਲ ਕਰਨਾ ਚਾਹੁੰਦੇ ਹੋ? ਮੈਂ ਐਸੀ ਕੋਈ ਗੱਲ ਨਹੀਂ ਕਰਨਾ ਚਾਹੁੰਦੀ, ਕਿਉਂਕਿ ਗੱਲਾਂ ਬਹੁਤ ਨੇ, ਉਹ ਮੇਰੀਆਂ ਆਪਦੀਆਂ ਨੇ, ਨਾ ਮੈਂ
ਵਰਤਿਆ ਨਾ ਮੈਂ ਇਸ ਗੱਲ ਨੂੰ ਵਰਤਣਾ ਚਾਹੁੰਦੀ ਹਾਂ। ਮੈਨੂੰ ਤਾਂ ਬਿਲਕੁਲ ਆ ਵੀ ਚੰਗਾ ਨਹੀਂ ਲੱਗਦਾ ਕਿ ਮੇਰੀ ਇੰਟਰਵਿਊ ਫਿਲਮ ਲਈ ਲੈਣਾ ਆਉਂਦੇ ਤਾਂ ਉੱਥੇ ਹੈਡਿੰਗ ਉੱਥੇ ਦੀਪ ਸਿੱਧੂ ਦੀ ਪਾ ਕੇ ਲਾ ਦਿੱਤੀ ਜਾਊਗੀ, ਤੁਹਾਡੇ ਵਾਲੀ 'ਚ ਵੀ ਹੋਊਗਾ, ਪਰ ਮੈਨੂੰ ਨਹੀਂ ਚੰਗਾ ਲੱਗਦਾ। ਨਹੀਂ ਤੁਸੀਂ ਗੱਲ ਕੀਤੀ ਹੈ, ਪਰ ਜੇ ਦੇਖਿਆ ਜਾਏ ਤੁਸੀਂ ਆਪਣਾ ਲਾਈਵ ਖੁਦ ਸੁਣ ਕੇ ਦੇਖਣਾ, ਕਿਉਂਕਿ ਜਿੰਨਾ ਨਾਮ ਤੁਸੀਂ ਦੀਪ ਸਿੱਧੂ ਦਾ ਲਿੱਤਾ ਸ਼ਾਇਦ ਫਿਲਮ ਦਾ ਨਹੀਂ ਲਿੱਤਾ। ਨਹੀਂ ਪਰ ਮੈਂ ਕਿਉਂ ਨਾ ਲਵਾਂ, ਤੁਸੀਂ ਕਮੈਂਟਸ ਪੜ੍ਹੋ ਨਾ, ਤੁਸੀਂ ਮੇਰੇ 'ਤੇ ਨਾ ਜਾਓ, ਕਮੈਂਟਸ ਪੜ੍ਹੋ। ਮੇਰੀ ਪੋਸਟ ਸੀਗਾ ਨਾਮ, ਬਿਲਕੁਲ ਨਾਮ ਨਹੀਂ ਸੀ। ਮੇਰੀ ਫਿਲਮ ਦੀ ਗੱਲ ਚੱਲ ਰਹੀ ਹੈ, ਉੱਥੇ ਤੁਸੀਂ ਦੀਪ ਦੀ ਗੱਲ ਲੋਕ ਲੈ ਕੇ ਆਏ, ਤਾਂ ਮੈਨੂੰ ਗੁੱਸਾ ਚੜਿਆ ਕਿ ਜੇ ਕਦੇ ਦੁੱਖ ਹੁੰਦਾ ਜੇ ਮੇਰੇ ਵਰਗੀ ਲਿਖ ਦਿੰਦੀ ਹੈ ਤਾਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਵਰਤਦੇ ਹੋ। ਮੈਂ ਤਾਂ ਨਹੀਂ ਲੈ ਕੇ ਆਈ ਨਾ, ਮੈਨੂੰ ਮੇਰਾ ਕੰਮ ਕਰਨ ਦਿਓ, ਮੈਂ ਐਕਟਰ ਹਾਂ, ਦੀਪ ਵੀ ਐਕਟਰ ਸੀ। ਔਰ ਇਹ ਉਹੀ ਲੋਕ ਨੇ ਜਿਹੜੇ ਉਹਨੂੰ ਰਵਾਇਆ ਵੀ, ਉਹਨੂੰ ਬਹੁਤ ਤੰਗ ਕੀਤਾ, ਜਦੋਂ ਚਲਾ ਗਿਆ ਫਿਰ ਇਹ ਲੋਕ ਠੇਕੇਦਾਰ ਬਣ ਕੇ ਬਹਿ ਗਏ। ਲੋਕਾਂ ਦੀ ਕਿਹੜੀ ਗੱਲ ਤੋਂ ਇੱਦਾਂ ਦਾ ਗੁੱਸਾ ਲੱਗ ਗਿਆ ਕਿ ਕੁਲ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਅਤੇ ਮਨ ਭਰਿਆ? ਕਿਹੜੀ ਗੱਲ ਦਾ ਗੁੱਸਾ ਲੱਗਿਆ ਇੱਦਾਂ ਦਾ? ਇੰਨੀ ਤੁਸੀਂ ਸਰਚ ਕੀਤੀ ਹੈ, ਤੁਸੀਂ ਪੜ੍ਹੋ ਥੱਲੇ ਕਮੈਂਟਸ। ਤੁਸੀਂ ਉਹੀ ਗੱਲ ਕਰ ਰਹੇ, ਕਮੈਂਟਾਂ ਦੇ ਵਿੱਚੋਂ ਕਿਹੜੀ ਇੱਦਾਂ ਦੀ ਗੱਲ ਲੱਗੀ? ਕਿਉਂਕਿ ਲੋਕ ਤਾਂ ਬੁਰਾ ਕਹਿੰਦੇ ਹੀ ਨੇ, ਕਿਉਂਕਿ ਕਹਿੰਦੇ ਨੇ ਕਿ ਜਿਸ ਟਾਈਮ ਵੀ ਕੋਈ ਉੱਪਰ ਚੜ੍ਹਦਾ ਹੈ। ਬੁਰਾ ਨਹੀਂ ਸੀ, ਨੋਰਮਲ ਬੁਰਾ ਇੱਦਾਂ ਨਹੀਂ ਕਿ ਅੱਜ ਤੱਕ 15 ਸਾਲਾਂ 'ਚ ਮੈਨੂੰ ਕਿਸੇ ਨੇ ਬੁਰਾ ਹੀ ਨਹੀਂ ਕਿਹਾ। ਮੈਂ ਕਦੇ ਰਿਐਕਟ ਨਹੀਂ ਕੀਤਾ, ਉਹ ਬਹੁਤ ਭੈੜੇ ਤਰੀਕੇ ਨਾਲ ਮੇਰਾ ਵਿਰੋਧ ਕੀਤਾ ਗਿਆ ਜਿੱਥੇ ਮੈਂ ਬੋਲੀ। ਔਰ ਮੈਂ ਇਸ ਕਰਕੇ ਨਹੀਂ ਬੋਲੀ ਕਿ ਜੀ ਮੇਰੀ ਲਾਈਵ ਚੱਕੀ ਜਾਊਗੀ ਜੀ ਵਾਇਰਲ, ਮੈਨੂੰ ਤੁਸੀਂ ਕਹਿ ਰਹੇ, ਮੈਨੂੰ ਨਹੀਂ ਪਤਾ ਕੀ ਵਾਇਰਲ ਹੋਇਆ, ਕਿਉਂਕਿ ਮੈਂ ਲਾਈਵ ਤੋਂ ਬਾਅਦ ਮੈਂ ਇਹ ਨਹੀਂ ਭਾਲਿਆ ਕਿ ਕਿਹਨੇ ਕਿਹਨੇ ਮੇਰੀ ਲਾਈਵ ਚੱਕੀ, ਕਿਉਂਕਿ ਮੈਂ ਇਸ ਮਕਸਦ ਨਾਲ ਨਹੀਂ ਕੀਤਾ। ਇਹ ਮੇਰਾ ਰੱਬ ਜਾਣਦਾ, ਮੇਰਾ ਦਿਲ ਜਾਣਦਾ, ਇਹੋ ਜਿਹੀ ਪਬਲਿਸਿਟੀ ਮੈਨੂੰ ਨਹੀਂ ਚਾਹੀਦੀ। ਅੱਛਾ ਕੁਲ ਮੈਮ, ਕੀ ਕਹਿਣਾ ਚਾਹੋਗੇ, ਕਿਉਂਕਿ ਇੱਕ ਔਰਤ ਦੇ ਨਾਤੇ ਜਿਹੜੇ ਲੋਕ ਮਾੜਾ ਚੰਗਾ ਬੋਲਦੇ ਨੇ, ਕਿਉਂਕਿ ਔਰਤ ਦਾ ਪਿੱਛੇ ਉਹ ਦਿਲ ਨਹੀਂ ਦੇਖਦੇ ਹੈਗੇ ਕਿ ਇੱਕ ਔਰਤ ਦੇ ਵਿੱਚ ਕਿੰਨਾ ਦਰਦ ਹੋ ਸਕਦਾ, ਕਿੰਨਾ ਪਿਆਰ ਹੋ ਸਕਦਾ, ਅਤੇ ਉਹ ਕਿੰਨਾ ਕਮਜ਼ੋਰ ਵੀ ਹੋ ਸਕਦੀ ਔਰਤ, ਹਾਲਾਂਕਿ ਦੇਖਿਆ ਜਾਂਦਾ ਕਿ ਔਰਤ ਬਹੁਤ ਮਜ਼ਬੂਤ ਹੈ। ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਜਿਨ੍ਹਾਂ ਦੀ ਆਪ ਵੀ ਦੀ ਧੀਆਂ ਭੈਣਾਂ ਹੁੰਦੀਆਂ ਨੇ ਪਰ ਦੂਜਿਆਂ ਨੂੰ ਉਹ ਸਬਕ ਸਿਖਾਉਂਦੇ ਨੇ ਕਿ ਇੱਦਾਂ ਕਰੋ, ਜਦਕਿ ਚਾਹੇ ਘਰ ਦੇ ਵਿੱਚ ਕਿਸੇ ਦੀ ਇੱਜ਼ਤ ਵੀ ਨਾ ਹੋਵੇ? ਸੌਖਾ ਫੇਸਬੁੱਕ 'ਤੇ ਬਹਿ ਕੇ ਲਿਖ ਦੇਣਾ ਘਰ ਬਹਿ ਕੇ ਰਾਤ ਨੂੰ, ਇੱਦੂ ਸੌਖਾ ਹੋਰ ਕੀ ਹੋ ਸਕਦਾ? ਸੌਖਾ ਕੰਮ ਕਰਨਾ ਸਾਡੇ ਲੋਕਾਂ ਨੂੰ ਚੰਗਾ ਲੱਗਦਾ, ਉਹਨਾਂ ਨੇ ਕਰਤਾ ਬਸ। ਤਾਂ ਹੀ ਤਾਂ ਮੈਨੂੰ ਗੁੱਸਾ ਆਇਆ ਕਿ ਤੁਸੀਂ ਘਰ ਬੈਠੇ ਗਏ, ਤੁਹਾਨੂੰ ਕੀ ਪਤਾ ਮੇਰੀ ਕਿੰਨੀ ਮਿਹਨਤ ਆ, ਤੁਹਾਨੂੰ ਕੀ ਪਤਾ ਉਹ ਫਿਲਮ ਲੈਣ ਲਈ ਮੇਰੀ ਕਿੰਨੀ ਮਿਹਨਤ ਆ, ਮੇਰੇ ਕਿੰਨੇ ਆਡੀਸ਼ਨ ਹੋਇਆ, ਮੇਰਾ ਪਤਾ ਨਹੀਂ ਕਿੱਦਾਂ ਦਾ ਸੁਪਨਾ ਮੇਰਾ ਹੋਊਗਾ ਜਿਹੜਾ ਪੂਰਾ ਹੋਇਆ, ਹੋਰ ਹਰਟ ਮੈਂ ਕਿਸ ਗੱਲ ਤੋਂ ਹੋਈ? ਇਸੇ ਗੱਲ ਤੋਂ ਹੋਈ, ਘਰ ਨਹੀਂ ਨਾ ਮੈਂ ਬਹਿ ਸਕਦੀ, ਮੈਂ ਆਪਦਾ ਕੰਮ ਕਰਨਾ। ਤੁਸੀਂ ਜੇ ਉਹਨੂੰ ਦੀਪ ਨਾਲ ਜੋੜ ਰਹੇ ਹੋ ਤਾਂ ਫਿਰ ਤੁਸੀਂ ਇਕੱਲੇ ਨਹੀਂ ਦੀਪ ਨੂੰ ਜਾਣਦੇ, ਮੈਂ ਜਾਣਦੀ ਹਾਂ ਬਸ। ਇਸ ਫਿਲਮ ਦੇ ਵਿੱਚ ਉਹਨਾਂ ਦੀ ਪਤਨੀ ਦਾ ਕਿਰਦਾਰ ਕਰਕੇ ਚਮਕੀਲਾ ਜੀ ਦਾ ਕਿੱਦਾਂ ਦਾ ਲੱਗਿਆ ਔਰ ਕਿੱਦਾਂ ਦਾ ਕਿਰਦਾਰ ਰਹਿ ਰਿਹਾ ਉਹਦੇ 'ਚ? ਕਿ ਕਿਉਂਕਿ ਉਹਨਾਂ ਦੀ ਪਤਨੀ ਦਾ ਤੁਸੀਂ ਕਿਹਾ ਸੀ ਲਾਈਫ ਦੇ ਵਿੱਚ ਕਾਫੀ ਪਰੇਸ਼ਾਨੀਆਂ ਕੀਤੀਆਂ, ਯਾਨੀ ਉਹਨਾਂ ਨੇ ਕੱਟੀਆਂ ਨੇ, ਕਿੱਦਾਂ ਦਾ ਕਿਰਦਾਰ ਰਿਹਾ ਔਰ ਕਿੰਨੀਆਂ ਕੁ ਪਰੇਸ਼ਾਨੀਆਂ ਦਾ ਸਾਹਮਣਾ ਦੇਖਣ ਵਾਲਿਆਂ ਨੂੰ ਮਿਲੇਗਾ? ਦੇਖ ਕੇ ਥੋੜ੍ਹੀ ਆਈ ਹਾਂ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਬੰਦਾ ਚਲਾ ਗਿਆ, ਇੱਕ ਔਰਤ ਬੱਚਿਆਂ ਨੂੰ ਕਿਵੇਂ ਪਾਲੂਗੀ, ਪਰੇਸ਼ਾਨੀਆਂ ਹੋਣਗੀਆਂ ਹੀ। ਸਾਨੂੰ ਆਪ ਹੀ ਸਮਝ ਲੈਣਾ ਚਾਹੀਦਾ ਕਿ ਪਰੇਸ਼ਾਨੀਆਂ ਹੋਣਗੀਆਂ। ਅੱਜ ਵੀ ਤੁਸੀਂ ਉਹਨਾਂ ਦੀਆਂ ਇੰਟਰਵਿਊ ਸੁਣ ਲਓ, ਉਹਨਾਂ ਦੇ ਬੱਚੇ ਵੱਡੇ ਹੋ ਚੁੱਕੇ ਆ, ਤਾਂ ਮੈਂ ਇੰਟਰਵਿਊ ਸੁਣੀਆਂ ਨੇ ਨਾ ਉਹਨਾਂ ਦੀਆਂ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਉਹ ਟਾਈਮ ਕੱਟਿਆ। ਬਹੁਤ ਔਖਾ ਸੀ, ਕਿਸੇ ਲਈ ਵੀ ਸੌਖਾ ਨਹੀਂ ਹੁੰਦਾ। ਉਹ ਤਾਂ ਚਲੋ ਕੋਈ ਤੁਸੀਂ ਬਹੁਤ ਅਮੀਰ ਔਰਤਾਂ ਵੀ ਲਾ ਲਓ, ਬਹੁਤ ਔਖਾ ਹੁੰਦਾ। ਗੱਲ ਸਹੀ ਹੈ ਜੀ, 35 ਸਾਲ ਦਾ ਸਫ਼ਰ ਥੋੜ੍ਹਾ ਨਹੀਂ ਹੁੰਦਾ ਇੱਕ ਔਰਤ ਦੇ ਲਈ, ਛੋਟੇ ਬੱਚਿਆਂ ਨੂੰ ਪਾਲਣਾ ਬਹੁਤ ਵੱਡੀ ਗੱਲ ਹੈ। ਅੱਛਾ
ਤੁਹਾਨੂੰ ਨਹੀਂ ਲੱਗਿਆ ਕਿ ਤੁਹਾਨੂੰ ਗੁਰਮੇਲ ਕੌਰ ਨਾਲ ਮਿਲਣਾ ਚਾਹੀਦਾ ਤੁਹਾਨੂੰ, ਕਿ ਮੈਨੂੰ ਨੇੜੇ ਤੋਂ ਜਾਣਨ ਨੂੰ ਮਿਲੇਗਾ ਕੁਛ, ਜਾਂ ਫਿਰ ਮਿਲਣ ਦਾ ਸਬੱਬ ਹੀ ਨਹੀਂ ਮਿਲਿਆ? ਨਹੀਂ, ਮੇਰਾ ਸਬੱਬ ਹੀ ਨਹੀਂ ਬਣਿਆ। ਔਰ ਮੈਨੂੰ ਇਮਤਿਆਜ਼ ਸਰ ਨੇ ਜਿੰਨਾ ਕੁ ਮੈਨੂੰ ਸਮਝਾਇਆ, ਜਿੰਨਾ ਕੁ ਮੇਰਾ ਕਰੈਕਟਰ ਸੀ, ਜਿਸ ਤਰੀਕੇ ਨਾਲ ਉਹ ਮੈਂ ਕੀਤਾ, ਮੈਨੂੰ ਲੱਗਦਾ ਮੇਰੇ ਜਿਹੜੇ ਡਾਇਰੈਕਟਰ ਨੇ, ਜੇ ਉਹਨਾਂ ਨੂੰ ਠੀਕ ਲੱਗ ਰਿਹਾ ਤਾਂ ਫਿਰ ਠੀਕ ਹੈ। ਸੋ ਮੈਮ, ਸਾਡੇ ਵੱਲੋਂ ਚੈਨਲ ਸੱਤ ਰੰਗ ਦੀ ਟੀਮ ਵੱਲੋਂ ਫਿਰ ਮੁੜ ਤੋਂ ਆ ਰਹਾ ਤੁਹਾਨੂੰ ਚਮਕੀਲਾ ਫਿਲਮ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਛਾ, ਆਉਣ ਵਾਲੇ ਕਿਹੜੇ ਪ੍ਰੋਜੈਕਟ ਨੇ ਫਿਰ? ਆਉਣ ਵਾਲੀ ਮੇਰੀ ਵੈਬ ਸੀਰੀਜ਼ ਆਉਣੀ ਹੈ ਦਾਰੋ, ਸੁੱਖਾ ਰੇਡਰ, ਰਾਜਧਾਨੀ, ਅਤੇ ਚਮਕੀਲਾ ਆ ਜਾਣੀ ਹੈ 12 ਨੂੰ। ਐਕਸਾਈਟਮੈਂਟ ਹੈ ਚਮਕੀਲਾ ਫਿਲਮ ਦੇ ਆਉਣ ਦੀ, ਕਿੰਨਾ ਕੁ ਚਾਅ ਹੈ? ਬਹੁਤ ਆ, ਆਪਦੇ ਆਪ ਨੂੰ ਐਡੇ ਵੱਡੇ ਪ੍ਰੋਜੈਕਟ 'ਚ ਦੇਖਣਾ। ਮੈਂ ਕਹਿ ਰਹੀ ਹਾਂ, ਮੈਨੂੰ ਗੁੱਸਾ ਹੀ ਤਾਂ ਆਇਆ ਕਿ ਮੇਰਾ ਐਡਾ ਵੱਡਾ ਸੁਪਨਾ, ਮੇਰਾ ਸਾਥ ਦਿਓਗੇ ਕਿ ਤੁਸੀਂ ਮੇਰੀਆਂ ਲੱਤਾਂ ਖਿੱਚੋਗੇ, ਤੁਸੀਂ ਮੇਰੇ ਆਪਦੇ ਹੋ। ਮੇਰੀ ਪ੍ਰੋਬਲਮ ਇਹ ਸੀ ਕਿ ਮਿੰਟ 'ਚ ਤੁਹਾਡੀ ਭਾਸ਼ਾ ਬਦਲ ਗਈ, ਭੈਣ ਜੀ ਕਹਿੰਦੇ ਕਹਿੰਦੇ ਤੁਸੀਂ ਇਸ ਸ਼ਬਦਾਵਲੀ 'ਤੇ ਉਤਰੇ ਆਏ। ਇਹ ਮੇਰੀ ਪ੍ਰੋਬਲਮ ਸੀ, ਕੰਟਰੋਵਰਸੀ ਨਹੀਂ ਸੀ ਮੈਂ ਕਰਨੀ। ਪਰ ਲੋਕਾਂ ਦਾ ਤਾਂ ਮੰਨਣਾ ਇਹੀ ਹੈ, ਕਹਿੰਦੇ ਕਿ ਕੁਲ ਨੇ ਨਾ ਕੰਟਰੋਵਰਸੀ ਕੀਤੀ ਹੈ ਤਾਂ ਕਰਕੇ, ਕਹਿੰਦੇ ਤਾਂ ਕਰਕੇ ਫਿਲਮ ਨਹੀਂ। ਕਿਸੇ 'ਤੇ ਕੁਛ ਨਹੀਂ ਲਾ ਸਕਦੇ, ਜਿਹਨੇ ਜੋ ਸੋਚਣਾ ਉਹ ਸੋਚੋ। ਮੇਰੇ ਪਰਮਾਤਮਾ ਨੂੰ ਪਤਾ, ਮੈਨੂੰ ਪਤਾ, ਇੰਨੀ ਚੀਪ ਹਰਕਤ ਮੈਂ ਨਹੀਂ ਕਰ ਸਕਦੀ। ਉਹ ਮੇਰਾ ਗੁੱਸਾ ਸੀ, ਉਹਨਾਂ ਦਾ ਹੱਕ ਆ ਲਿਖਣ ਦਾ, ਮੇਰਾ ਹੱਕ ਨਹੀਂ? ਮੈਂ ਨਹੀਂ ਬੋਲ ਸਕਦੀ, 15 ਸਾਲਾਂ ਤੋਂ ਮੈਂ ਕੰਮ ਕਰ ਰਹੀ ਹਾਂ, ਕਦੇ ਮੈਂ ਕੰਟਰੋਵਰਸੀ ਕੋਈ ਕੀਤੀ ਆ? ਮੇਰੀ ਆਦਤ ਨਹੀਂ, ਮੈਂ ਇਹੋ ਜਿਹੀਆਂ ਗੱਲਾਂ ਨਹੀਂ ਕਰਦੀ। ਉਹ ਮੇਰਾ ਗੁੱਸਾ ਸੀ, ਮੇਰਾ ਗੁੱਸਾ ਮੇਰਾ ਹੱਕ ਬਣਦਾ? ਜੇ ਉਹਨਾਂ ਦਾ ਬਣਦਾ ਘਰ ਬਹਿ ਕੇ ਲਿਖਣ ਦਾ, ਮੇਰਾ ਨਹੀਂ ਬਣਦਾ? ਮੇਰਾ ਪਲੈਟਫਾਰਮ ਆ, ਮੈਂ ਆਪਦੀ ਗੱਲ ਨਹੀਂ ਕਹਿ ਸਕਦੀ, ਮੈਂ ਕਹੀ ਆ। ਸਹੀ ਹੈ ਜੀ। ਸੋ ਕੀ ਕਹਿਣਾ ਚਾਹੋਗੇ ਜਾਂਦੇ ਹੋਏ ਉਹਨਾਂ ਲੋਕਾਂ ਨੂੰ ਜਿਹੜੇ ਮਾੜਾ ਚੰਗਾ ਬੋਲਦੇ ਨੇ, ਮੈਸੇਜ ਦੇਣਾ ਚਾਹੋਗੇ ਕੋਈ? ਕੁਛ ਨਹੀਂ, ਜਿੰਨਾ ਮਰਜ਼ੀ ਸਮਝਾ ਲਓ, ਉਹਨਾਂ ਨੇ ਉਵੇਂ ਹੀ ਰਹਿਣਾ। ਬਸ ਜਿੰਨੇ ਕੁ ਮੈਨੂੰ ਪਿਆਰ ਕਰਨ ਵਾਲੇ ਆ, ਉਹ ਫਿਲਮ ਦੇਖ ਲੈਣਗੇ। ਜਿਨ੍ਹਾਂ ਨੇ ਨਹੀਂ ਦੇਖਣੀ, ਉਹਨਾਂ ਨੂੰ ਮੈਂ ਨਹੀਂ, ਉਹ ਅਗਲੇ ਦੀ ਮਰਜ਼ੀ ਆ ਉਹ, ਮੈਂ ਤਾਂ ਨਹੀਂ ਕਹਿ ਸਕਦੀ ਉਹਨਾਂ ਨੂੰ ਕਿ ਤੁਸੀਂ ਦੇਖੋ। ਅਤੇ ਦੇਖ ਕੇ ਪਰ ਦੇਖਣਗੇ ਜ਼ਰੂਰ, ਕਿਉਂਕਿ ਉਹਨਾਂ ਨੇ ਗਾਣੇ ਵੀ ਸੁਣੇ ਨੇ, ਮੈਂ ਨਹੀਂ ਸੁਣੇ, ਮੈਨੂੰ ਨਹੀਂ ਪਤਾ। ਉਹ ਫਿਲਮ ਜ਼ਰੂਰ ਦੇਖਣਗੇ, ਅਤੇ ਫਿਲਮ ਦੇਖ ਕੇ ਮੇਰੇ 'ਚ ਕੋਈ ਐਂ ਕਹਿ ਦੇਣ ਕਿ ਆਹ ਤੁਸੀਂ ਕਿਉਂ ਕੀਤਾ ਜਾਂ ਆਹ ਕਿਉਂ ਕੀਤਾ, ਜਿਵੇਂ ਉਹ ਕਹੀ ਜਾਂਦੇ ਆ। ਕਰੈਕਟਰ ਦੇਖ ਕੇ ਜੇ ਉਹਨਾਂ ਨੂੰ ਲੱਗਿਆ ਤਾਂ ਜੀ ਸੱਦ ਕੇ ਕਹਿ ਲੈਣ, ਮੈਂ ਸੁਣ ਲੂੰਗੀ। ਅੱਛਾ ਕੁਲ, ਤੁਸੀਂ ਇੱਕ ਨਾ ਗੱਲ ਕਹੀ ਸੀ ਲਾਈਵ ਦੇ ਵਿੱਚ ਕਿ ਚਮਕੀਲਾ ਨੂੰ ਮੈਂ ਸੁਣਿਆ ਨਹੀਂ ਹੈਗਾ, ਪਰ ਤੁਸੀਂ ਇਹ ਵੀ ਗੱਲ ਆਖੀ ਸੀ ਕਿ ਚਮਕੀਲਾ ਅੱਜ ਤੱਕ ਵੱਜਦਾ ਬਹੁਤ ਹੈ, ਹੁਣ ਵੀ ਸੁਣਦੇ ਨੇ ਲੋਕ, ਅਤੇ ਤੁਸੀਂ ਕਿਹਾ ਸੀ ਕਿ ਮੈਂ ਚਮਕੀਲਾ ਨਹੀਂ ਸੁਣਿਆ, ਇੱਕ ਦੋ ਗੀਤ ਸਾਨੂੰ ਯਾਦ ਹੈ। ਤੁਸੀਂ ਕਦ ਸੁਣਿਆ ਸੀ ਚਮਕੀਲਾ, ਯਾਨੀ ਫਿਲਮ ਤੋਂ ਬਾਅਦ ਜਾਂ ਪਹਿਲਾਂ? ਨਹੀਂ, ਜਿਹੜੇ ਇੱਕ ਦੋ ਗੀਤ ਨੇ ਸੁਣਿਆ, ਇਨ ਦਾ ਸੈਂਸ ਮੈਂ ਕੋਈ ਘਰ ਲੱਭ ਲੱਭ ਕੇ ਇੱਦਾਂ ਮੈਂ ਨਹੀਂ ਸੁਣਿਆ ਕਿ ਉਹਨਾਂ ਨੇ ਕੀ ਗਾਇਆ, ਮੈਂ ਇਹ ਕਹਿ ਰਹੀ ਹਾਂ। ਪਰ ਸੋਸ਼ਲ ਮੀਡੀਆ 'ਤੇ ਤਾਂ ਚੱਲਦੇ ਹੀ ਨੇ ਨਾ, ਜਿੰਨੇ ਕੁ ਜੋ ਚੱਲਦੇ ਨੇ ਸੋਸ਼ਲ ਮੀਡੀਆ 'ਤੇ, ਜੋ ਆਪਾਂ ਸੁਣਦੇ ਹਾਂ। ਮੈਨੂੰ ਤਾਂ ਯਾਦ ਵੀ ਨਹੀਂ ਆ ਰਿਹਾ ਮੈਂ ਤੁਹਾਨੂੰ ਕਿਹੜਾ ਦੱਸਾਂ ਵੀ ਮੈਂ ਕਿਹੜਾ ਸੁਣਿਆ। ਜੇ ਮੈਂ ਸੁਣਿਆ ਉਵੇਂ ਸੁਣਿਆ ਹੋਊਗਾ ਤਾਂ ਫਿਰ ਹੀ ਮੈਂ ਦੱਸੂੰਗੀ ਨਾ। ਗੱਲ ਸੀਗੀ ਚਮਕੀਲਾ ਜੀ ਦੇ ਬਹੁਤ ਸਾਰੇ ਗੀਤ ਇੱਦਾਂ ਦੇ ਨੇ ਜਿਹੜੇ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕੀਤਾ ਹੋਇਆ ਜਿਨ੍ਹਾਂ ਨੇ। ਗੱਲ ਸਹੀ ਹੈ ਕਿ ਕਈ ਕੁਝ ਗੱਲਾਂ ਇੱਦਾਂ ਦੀ ਹੁੰਦੀਆਂ? ਹਾਂਜੀ, ਜੇ ਤੁਸੀਂ ਸੁਣਦੇ ਸੀ ਤਾਂ ਉਹ ਗਾਉਂਦੇ ਸੀ, ਤੁਸੀਂ ਸੁਣੋਗੇ ਨਹੀਂ ਉਹ ਕਿਉਂ ਗਾਉਣਗੇ? ਤੁਸੀਂ ਬਲੇਮ ਇੱਕ ਸਿੰਗਲ ਬੰਦੇ 'ਤੇ ਨਹੀਂ ਦੇ ਸਕਦੇ ਨਾ, ਇਹ ਮੇਰੇ ਕਹਿਣ ਦਾ ਮਤਲਬ ਸੀ ਬਸ। ਪਰ ਤੁਸੀਂ ਤਾਂ ਉਹਨਾਂ ਦੀ ਵਾਈਫ ਦਾ ਕਿਰਦਾਰ ਨਿਭਾ ਰਹੇ ਹੋ, ਯਾਨੀ ਕੋਈ ਇਸਦਾ ਦਾ ਤਾਂ ਮੇਰੇ ਖਿਆਲ ਨਾਲ ਫਿਲਮ ਦੇ ਵਿੱਚ ਹੋਣਾ ਨਹੀਂ ਚਾਹੀਦਾ, ਜਿਹੜੇ ਤੁਹਾਨੂੰ ਲੋਕ ਮਾੜਾ ਚੰਗਾ ਬੋਲਣ ਲੱਗ ਗਏ, ਦੇਖੋ ਹੈ ਨਾ, ਕਿਉਂਕਿ ਉਹ ਗੀਤ ਮੈਂ ਕਹਿ ਰਹੀ ਹਾਂ ਨਾ ਕਿ ਫਿਲਮ ਤਾਂ ਦੇਖ ਲਓ, ਆਪਦਾ ਰਿਜ਼ਲਟ ਬਾਅਦ 'ਚ ਦੇ ਦਿਓ ਨਾ ਮੈਨੂੰ, ਪਹਿਲਾਂ ਫਿਲਮ ਦੇਖ ਲਓ। ਸੋ ਧੰਨਵਾਦ ਮੈਮ, ਤੁਸੀਂ ਸਮਾਂ ਦਿੱਤਾ, ਥੈਂਕ ਯੂ। ਥੈਂਕ ਯੂ।
ਸਾਡੇ ਵੱਲੋਂ ਚੈਨਲ ਸਤਰੰਗ ਦੀ ਟੀਮ ਵੱਲੋਂ ਫਿਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਫਿਲਮ ਦੀਆਂ ਜੀ, ਧੰਨਵਾਦ। ਥੈਂਕ ਯੂ ਸੋ ਮੱਚ। ਸੋ ਇਹ ਸੀ ਜੀ ਆਪਣੇ ਨਾਲ ਕੁਲ ਸਿੱਧੂ ਮੈਮ, ਜਿਨ੍ਹਾਂ ਨਾਲ ਗੱਲਬਾਤ ਕੀਤੀ। ਸੋ ਚਮਕੀਲਾ ਫਿਲਮ ਆ ਰਹੀ ਹੈ 12 ਅਪ੍ਰੈਲ ਨੂੰ, ਸੋ ਜਿਹਦੇ ਵਿੱਚ ਚਮਕੀਲਾ ਦੀ ਪਹਿਲੀ ਪਤਨੀ ਗੁਰਮੇਲ ਕੌਰ ਦਾ ਕਿਰਦਾਰ ਨਿਭਾ ਰਹੇ ਨੇ। ਸੋ ਕਿੱਦਾਂ ਦੀ ਲੱਗੀ ਗੱਲਬਾਤ, ਤੁਸੀਂ ਵੀ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਵੀਡੀਓ ਬਾਰੇ, ਕਮੈਂਟ ਜ਼ਰੂਰ ਕਰਨਾ। ਸੋ ਹੁਣ ਮੈਨੂੰ ਦੇ ਇਜਾਜ਼ਤ, ਕੈਮਰਾਮੈਨ ਬਿੱਟੂ ਰਾਣਾ ਦੇ ਨਾਲ ਸੋਨੂੰ ਜਾਂਸਲਾ ਦੀ ਰਿਪੋਰਟ, ਮੋਹਾਲੀ।